ਕਿ ਤੁਸੀਂ ਵੀ ਬਣਾਏ ਇੱਦਾਂ ਦੀ ਕਦੀ ਸਬਜ਼ੀ ਜਾਂ ਇਸ ਦਾਲ ਦੀ? ਦੇਖੋ, ਇੱਕ ਦਾਲ ਅਤੇ ਤਿੰਨ ਚੀਜ਼ਾਂ ਬਣਾਵਾਂਗੇ ਅੱਜ। ਹੈਲੋ, ਸਤਿ ਸ਼੍ਰੀ ਅਕਾਲ ਜੀ, ਹੋਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਗਾਈਜ਼, ਆਪਾਂ ਬਣਾਉਣ ਲੱਗੇ ਸੀ ਅੱਜ ਇਸੇ ਦਾਲ ਦੀਆਂ, ਦੇਖਿਓ ਕੀ ਕੁਛ ਬਣਾਵਾਂਗੇ ਆਪਾਂ। ਦੋ ਤਿੰਨ ਚੀਜ਼ਾਂ ਬਣਾਵਾਂਗੇ ਅਤੇ ਇਹ ਵਾਲੀ ਦਾਲ ਹੈ ਜੀ, ਜਿਹੜੀ ਤੁਹਾਨੂੰ ਮੈਂ ਨਾਸ਼ਤੇ 'ਚ ਵੀ ਇੱਕ ਦਿਨ ਦਿਖਾਈ ਸੀ ਨਾ, ਉਹ ਇਹ ਵਾਲੀ ਹੈ, ਧੋਤੇ ਉੜਦਾਂ ਦੀ ਦਾਲ ਜਿਹਨੂੰ ਬੋਲਦੇ ਆ। ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਪੀਹ ਲਾਂਗੇ, ਠੀਕ ਹੈ ਜੀ। ਮੈਂ ਭਿਉਂ ਕੇ ਰੱਖ ਲਈ ਸੀ, ਜੇਕਰ ਤੁਸੀਂ ਵੀ ਭਿਉਂਨੀ ਹੈ ਨਾ, ਦੋ ਤਿੰਨ ਘੰਟੇ ਪਹਿਲਾਂ ਭਿਉਂ ਕੇ ਰੱਖਣੀ ਹੈ। ਅਤੇ ਆਹ ਦੇਖੋ ਜੀ, ਮੈਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਪਾਣੀ 'ਚ ਧੋ ਕੇ ਭਿਉਂ ਲਿਆ ਸੀ, ਫਿਰ ਤੋਂ ਹੁਣ ਵਾਸ਼ ਕਰਕੇ, ਅਤੇ ਹੁਣ ਇਹਨੂੰ ਮੈਂ ਪਹਿਲਾਂ ਪੀਹ ਲਾਂਗੀ। ਅਤੇ ਪੀਣ ਲੱਗੇ ਆਪਾਂ ਕੀ ਕੁਛ ਪਾਉਣਾ ਮੈਂ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ। ਅਤੇ ਲਓ ਜੀ, ਪੀਸਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਹਿੰਗ, ਠੀਕ ਹੈ ਜੀ। ਹਲਕਾ ਜਿਹਾ ਪਾ ਲੈਣਾ ਆਪਾਂ ਇਹਦੇ 'ਚ ਮਿੱਠਾ ਸੋਡਾ, ਬਿਲਕੁਲ ਇੱਕ ਚੁਟਕੀ ਪਾਉਣਾ, ਜ਼ਿਆਦਾ ਨਹੀਂ ਪਾਉਣਾ, ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਹੁਣ ਪਾਣੀ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਪੀਸ ਲਾਂਗੇ, ਠੀਕ ਹੈ ਜੀ। ਅਤੇ ਲਓ ਜੀ, ਆ ਬਹੁਤ ਵਧੀਆ ਤਰੀਕੇ ਨਾਲ ਪਿਸ ਗਿਆ ਜੀ। ਹੁਣ ਇਹਨੂੰ ਆਪਾਂ ਕੱਢ ਲੈਣਾ ਆਪਣੇ ਜਾਰ 'ਚ, ਠੀਕ ਹੈ ਜੀ। ਆਹ ਦੇਖੋ, ਜਾਰ 'ਚੋਂ ਕੱਢ ਲੈਣਾ, ਸੋਰੀ ਜਾਰ 'ਚ ਨਹੀਂ ਕੱਢਣਾ, ਜਾਰ 'ਚੋਂ ਕੱਢ ਕੇ ਆਪਾਂ ਇਹਨੂੰ ਡੱਬੇ 'ਚ ਨਾ ਇੱਕ ਥੋੜ੍ਹੀ ਜਿਹੀ ਦੇਰ ਲਈ ਰੱਖ ਦਾਂਗੇ। ਔਰ ਨਮਕ ਆਪਾਂ ਨਾਲ ਦੀ ਨਾਲ ਪਾਵਾਂਗੇ। ਅਤੇ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਇਹਨਾਂ ਦੇ ਭੱਲੇ, ਠੀਕ ਹੈ ਜੀ। ਉੱਧਰ ਧਰ ਦਾਂਗੇ ਆਪਾਂ ਜਦ ਤੱਕ ਤੇਲ ਗਰਮ ਹੋਣਾ। ਅਦੇ ਇੱਦਾਂ ਦਾ ਰੱਖਣਾ ਤੁਸੀਂ, ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ, ਠੀਕ ਹੈ ਜੀ। ਅਦੇ ਮਿਕਸੀ 'ਚ ਬਹੁਤ ਵਧੀਆ ਤਰੀਕੇ ਨਾਲ ਪੀਸ ਜਾਂਦਾ, ਬਸ ਮਿਕਸੀ 'ਚ ਪੀਸਣਾ ਤੁਸੀਂ। ਅਤੇ ਲਓ ਜੀ, ਤੇਲ ਹੋ ਗਿਆ ਗਰਮ, ਫਿਰ ਆਪਾਂ ਇਹਨੂੰ ਆਰਾਮ ਨਾਲ ਨਾ ਇਸ ਤਰ੍ਹਾਂ ਚਮਚ ਦੇ ਨਾਲ ਤੁਸੀਂ ਪਾ ਲਓ, ਠੀਕ ਹੈ, ਜਾਂ ਹੱਥ ਨਾਲ ਪਾਣੀ ਹੱਥ ਨਾਲ ਵੀ ਪਾ ਲਓ। ਹਾਂਜੀ, ਇੱਦਾਂ ਕਰਕੇ ਜਿੱਦਾਂ ਆਪਾਂ ਨੋਰਮਲ ਪਕੌੜੇ ਬਣਾਉਂਦੇ ਹਾਂ ਇੱਦਾਂ ਵੀ ਬਣਾ ਸਕਦੇ ਹੋ ਤੁਸੀਂ। ਔਰ ਇਸੇ ਜੋ ਮੈਂ ਦਾਲ ਭਿਗੋਈ ਸੀ ਨਾ, ਇਹਦੀਆਂ ਮੈਂ ਤੁਹਾਨੂੰ ਅੱਜ ਤਿੰਨ ਵਾਰੀ ਤਿੰਨ ਆਈਟਮ ਬਣਾ ਕੇ ਦਿਖਾਵਾਂਗੀ। ਅਤੇ ਤੁਸੀਂ ਵੀ ਇੱਕ ਕੋਲੀ ਦਾਲ ਦੇ ਵਿੱਚ ਬਹੁਤ ਸਾਰੀ ਆਈਟਮ ਬਣਾ ਸਕਦੇ ਹੋ ਅਤੇ ਬਣਾਉਣਾ। ਔਰ ਜਿਵੇਂ ਜਿਵੇਂ ਮੈਂ ਬਣਾਵਾਂਗੀ, ਵੀਡੀਓ ਪੂਰੀ ਦੇਖਿਓ ਅਤੇ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਦਿਖਾਵਾਂਗੀ ਤੁਹਾਨੂੰ। ਅਤੇ ਬਿਲਕੁਲ ਸੌਖਾ, ਇਹ ਔਖੇ ਵੀ ਨਹੀਂ ਹੈਗੇ। ਇੱਕ ਟਾਈਮ ਸਾਨੂੰ ਕਈ ਵਾਰੀ ਸਬਜ਼ੀ ਨਹੀਂ ਨਾ ਸੁੱਝਦੀ ਜਦੋਂ ਬਣਾਉਣੀ, ਅਤੇ ਆਪਾਂ ਇਹਦਾ ਸਬਜ਼ੀ 'ਚ ਵੀ ਯੂਜ਼ ਕਰ ਸਕਦੇ ਹਾਂ, ਖਾਣ 'ਚ ਵੀ, ਦਹੀਂ 'ਚ ਵੀ, ਠੀਕ ਹੈ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਬਣਾਉਂਦੀ ਜਾਵਾਂਗੀ, ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਜਾਵਾਂਗੀ। ਅਤੇ ਵੀਡੀਓ ਮੇਰੀ ਪੂਰੀ ਦੇਖਿਓ ਅਤੇ ਤਾਂ ਹੀ ਤੁਹਾਨੂੰ ਸਮਝ ਆਏਗਾ। ਕਈ ਵਾਰੀ ਨਾ ਮੈਂ ਕਿਸੇ ਲਈ ਮੈਸੇਜ ਛੱਡਦੀ ਹੁੰਦੀ ਹਾਂ ਅਤੇ ਮੈਨੂੰ ਕਦੀ ਕੋਈ ਜਵਾਬ ਨਹੀਂ ਆਉਂਦਾ। ਮੈਨੂੰ ਕਈ ਵਾਰੀ ਹੁੰਦਾ, ਪਤਾ ਨਹੀਂ ਉਹਨਾਂ ਨੇ ਧਿਆਨ ਨਾਲ ਸੁਣਿਆ ਨਹੀਂ ਤਾਂ ਨਹੀਂ ਉਹਨਾਂ ਨੇ ਮੇਰਾ ਆਨਸਰ ਦਿੱਤਾ ਹੈਗਾ। ਅਤੇ ਇੱਕ ਵੀਡੀਓ ਡੇਲੀ ਲਾਈਕ ਕੌਣ ਕੌਣ ਕਰਦਾ, ਜਿਹੜੇ ਅੱਛੇ ਅੱਛੇ ਲਾਈਕ ਆਉਂਦੇ ਨੇ ਉਹਨਾਂ ਦਾ ਬਹੁਤ ਸਾਰਾ ਸ਼ੁਕਰੀਆ। ਮੈਨੂੰ ਅਗਲੇ ਦੇ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵਾਹਿਗੁਰੂ, ਤੁਸੀਂ ਹਮੇਸ਼ਾ ਖੁਸ਼ ਰਹੋ ਗਾਈਸ, ਬਣੇ ਰਹੋ। ਅਤੇ ਆਹ ਦੇਖੋ ਜੀ, ਆਪਾਂ ਬਣਾ ਲਿਓ ਨੇ ਹੁਣ ਇਹਨਾਂ ਨੂੰ, ਥੋੜ੍ਹਾ ਜ਼ਿਆਦਾ ਤੇਜ਼ ਸੇਕ 'ਤੇ ਨਹੀਂ ਬਣਾਉਣੇ ਹੈਗੇ ਆਪਾਂ, ਠੀਕ ਹੈ, ਇਹ ਵੀ ਧਿਆਨ ਰੱਖਿਓ। ਅਤੇ ਆਹ ਦੇਖੋ ਜੀ, ਇੱਦਾਂ ਕਰਕੇ ਆਪਾਂ ਇਹਨਾਂ ਨੂੰ ਨਾ ਉਲਟ ਪੁਲਟ ਕਰ ਦੇਣਾ, ਜਿਹੜਾ ਕੱਚਾ ਪਾਸਾ ਹੋਵੇਗਾ ਨਾ ਉਹ ਵੀ ਬਿਲਕੁਲ ਇੱਕਦਮ ਬਣ ਕੇ ਤਿਆਰ ਹੋ ਜਾਣਗੇ, ਠੀਕ ਹੈ ਜੀ। ਆਪਾਂ ਜਿਵੇਂ ਆਪਾਂ ਨੋਰਮਲ ਪਕੌੜੇ ਬਣਾਉਂਦੇ ਹਾਂ ਨਾ, ਇਸੇ ਤਰ੍ਹਾਂ ਹੀ ਬਣਾਉਣੇ ਨੇ। ਅਤੇ ਲਓ ਜੀ, ਆਹ ਦੇਖੋ, ਬਣ ਕੇ ਹੋ ਗਏ ਸਾਡੇ ਤਿਆਰ।
ਹੁਣ ਇਹਨਾਂ ਨੂੰ ਆਪਾਂ ਕੱਢ ਲੈਣਾ ਕਿਸੇ ਥਾਲੀ ਵਿੱਚ। ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਕੱਢ ਕੇ ਆਪਾਂ ਜਿਹੜੇ ਭਿਉਏ ਹੋਏ ਨਾ ਫਿਰ ਇਸੇ ਸਾਰੇ ਆਪਣੇ ਭੱਲੇ ਬਣਾ ਲਾਂਗੇ ਜੀ। ਮੈਂ ਬਣਾਉਣਾ ਵੀ ਸੀ, ਮੈਂ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਹਾਂ। ਜੇਕਰ ਤੁਸੀਂ ਚਾਹੋ ਨਾ ਇਹਦੇ ਵਿੱਚ ਨਮਕ ਵੀ ਪਾ ਸਕਦੇ ਹੋ, ਠੀਕ ਹੈ, ਨਮਕ ਕਾਲੀ ਮਿਰਚ ਜੇ ਖਾਣੀ ਹੈ ਤਾਂ। ਹੈਲੋ ਗਾਇਸ, ਜੇਕਰ ਤੁਸੀਂ ਖਾਣਾ ਮਤਲਬ ਭੱਲੇ ਖਾਣ ਵਾਸਤੇ ਬਣਾਉਂਦੇ ਹੋ ਨਾ ਜਾਂ ਭੱਲਾ ਚਾਟ ਬਣਾਉਂਦੇ ਹੋ ਤਾਂ ਇਹਦੇ ਵਿੱਚ ਮੈਂ ਪਾ ਲਿਆ ਕਾਲੀ ਮਿਰਚ ਅਤੇ ਜਿਹੜਾ ਜੀਰਾ ਆਪਾਂ ਭੁੰਨਿਆ ਹੁੰਦਾ ਨਾ ਪੀਸ ਕੇ ਰੱਖਿਆ ਹੁੰਦਾ ਅਤੇ ਇਹਦੇ ਵਿੱਚ ਹੀ ਹੁਣ ਆਪਾਂ ਪਾ ਲਾਂਗੇ ਆਪਣੇ ਟੇਸਟ ਅਨੁਸਾਰ ਨਮਕ। ਅਤੇ ਦਹੀਂ ਰੁੱਖੇ ਵੀ ਖਾਧੇ ਜਾਂਦੇ ਆ ਅਤੇ ਦਹੀਂ ਦੇ ਵਿੱਚ ਪਾ ਕੇ ਵੀ ਖਾਧੇ ਜਾਂਦੇ ਆ, ਤੁਸੀਂ ਇਸ ਤਰ੍ਹਾਂ ਵੀ ਬਣਾ ਲੈਣਾ, ਠੀਕ ਹੈ। ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਓ। ਜੇਕਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਅਦਰਕ ਲਸਣ ਪਿਆਜ ਜੇ ਰੁੱਖੇ ਖਾਣੇ ਆ ਤਾਂ ਤੁਸੀਂ ਬਣਾ ਕੇ ਦੇਖੇ ਵੀ ਬਹੁਤ ਸਵਾਦ ਬਣਦੇ। ਮੈਂ ਕਰ ਲਿਆ ਹੁਣ ਇਹਨਾਂ ਨੂੰ ਮਿਕਸ ਚੰਗੀ ਤਰ੍ਹਾਂ ਅਤੇ ਹੁਣ ਆਪਾਂ ਇਹਨਾਂ ਨੂੰ ਵੀ ਇੱਦਾਂ ਹੀ ਬਣਾ ਲੈਣਾ ਜਿਵੇਂ ਨੋਰਮਲ ਆਪਾਂ ਸਾਰੇ ਭੱਲੇ ਬਣਾਏ ਆ ਨਾ, ਸੇਮ ਇੱਦਾਂ ਹੀ ਹੁਣ ਇਹਨੂੰ ਵੀ ਬਣਾ ਲਾਂਗੇ, ਠੀਕ ਹੈ ਜੀ। ਇਹ ਆਪਾਂ ਬਣਾਵਾਂਗੇ ਸਪੈਸ਼ਲ ਖਾਣ ਵਾਸਤੇ ਅਤੇ ਇਹ ਕਿੱਦਾਂ ਖਾਵਾਂਗੇ ਇਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ। ਇਸ ਅਲੱਗ ਤੋਂ ਕੱਢੂੰਗੀ ਇਹਨਾਂ ਨੂੰ ਮੈਂ। ਅਤੇ ਲਓ ਜੀ ਇਹ ਜਿਹੜੇ ਬਣਾਏ ਆ ਨਾ ਮੈਂ ਅਲੱਗ ਤੋਂ ਇਹਦੀ ਬਣਾਵਾਂਗੇ ਆਪਾਂ ਭੱਲਾ ਚਾਟ। ਧਿਆ ਦੇਖ ਕੇ ਇਹਨਾਂ ਨੂੰ ਮੈਂ ਅਲੱਗ ਕਰ ਲਿਆ ਬਿਲਕੁਲ, ਠੀਕ ਹੈ ਜੀ। ਅਤੇ ਉਹ ਜਿਹੜੇ ਨੇ ਉਹ ਵਾਲੇ ਤਾਂ ਮੈਂ ਉਹਦਾ ਮੈਂ ਕੀ ਬਣਾਵਾਂਗੀ ਉਹ ਵੀ ਤੁਹਾਨੂੰ ਦੱਸਾਂਗੀ, ਠੀਕ ਹੈ। ਅਤੇ ਹੁਣ ਆਪਾਂ ਬਣਾ ਲਾਂਗੇ, ਮੈਂ ਲਏ ਸੀ ਰੈਡੀਮੇਡ ਗੋਲ ਗੱਪੇ, ਠੀਕ ਹੈ। ਇਹਨਾਂ ਨੂੰ ਹੁਣ ਆਪਾਂ ਤਲ ਕੇ ਕੱਢ ਲਾਂਗੇ ਚੰਗੀ ਤਰ੍ਹਾਂ। ਆ ਦੇਖੋ ਜੀ ਇਹ ਮੈਂ ਰੈਡੀਮੇਡ ਹੀ ਲੈ ਲਏ ਸੀ ਕਿਉਂਕਿ ਬਣਾਉਣੇ ਨਾ ਬਹੁਤ ਟਾਈਮ ਲੱਗਦਾ, ਬਣਾ ਕੇ ਲੈਂਦੀ ਹਾਂ ਮੈਂ ਪਰ ਉਹਨਾਂ ਨੂੰ ਬਣਾਉਂਦਿਆਂ ਬਹੁਤ ਟਾਈਮ ਲੱਗਦਾ। ਮੈਂ ਰੈਡੀਮੇਡ ਲਿਆ ਕੇ ਵਧੀਆ ਰੱਖਿਆ ਨਹੀਂ, ਫਟਾਫਟ ਜਦੋਂ ਸਾਡਾ ਮਨ ਕਰੇ ਨਾ। ਅਤੇ ਇਹ ਵਾਲਾ ਜਿਹੜਾ ਮੈਂ ਦੱਸ ਰਹੀ ਹਾਂ ਨਾ ਤੁਹਾਨੂੰ, ਜਿਵੇਂ ਆਪਾਂ ਕਹਿ ਦਿੰਦੇ ਆਪਾਂ ਇਹ ਫਾਸਟ ਫੂਡ 'ਚ ਨਹੀਂ ਗਿਣਿਆ ਜਾਂਦਾ ਨਾ ਇਹਦੇ ਨਾਲ ਕੋਈ ਮੋਟਾਪਾ ਆਉਂਦਾ। ਅਤੇ ਇਹ ਚੀਜ਼ਾਂ ਤੁਸੀਂ ਨੋਰਮਲ ਘਰ ਦਾਲਾਂ ਦੂਲਾਂ ਤਾਂ ਆਪਣੀਆਂ ਆਉਂਦੀਆਂ ਰਾਸ਼ਨ ਵਿੱਚ ਘਰ ਬਣਾ ਕੇ ਖਾਇਆ ਕਰੋ ਅਤੇ ਬੱਚਿਆਂ ਨੂੰ ਵੀ ਖਵਾਇਆ ਕਰੋ, ਠੀਕ ਹੈ ਜੀ। ਇੱਦਾਂ ਕਰਕੇ ਹੁਣ ਆਪਾਂ ਬਣਾ ਲਾਂਗੇ ਖੂਬ ਸਾਰੇ ਗੋਲ ਗੱਪੇ ਵੀ। ਮੈਨੂੰ ਪੁੱਛੀ ਨਾ ਕੌਣ ਸੀ ਡਿਸ਼ ਬਣਾਉਂਦੇ ਹੋ? ਅਸੀਂ ਤਾਂ ਪੰਜਾਬੀ ਡਿਸ਼ ਕਹਿੰਦੇ ਹਾਂ ਜੀ, ਭੱਲਾ ਚਾਟ, ਭੱਲੇ ਦੀ ਸਬਜ਼ੀ, ਭੱਲਾ ਵਗੈਰਾ। ਹੁਣ ਤੁਹਾਡੀ ਉੱਥੇ ਭਾਸ਼ਾ 'ਚ ਮੈਨੂੰ ਕੀ ਨਹੀਂ ਪਤਾ ਕੀ ਕਹਿੰਦੇ, ਤੁਹਾਡੀ ਭਾਸ਼ਾ 'ਚ ਦੱਸੋ ਤੁਸੀਂ ਕੀ ਕਹਿੰਦੇ ਆ, ਮਤਲਬ ਦੱਸੇਗੀ। ਬੋਂਡਾ। ਬੋਂਡਾ ਜਿਵੇਂ ਡੋਸਾ ਹੁੰਦਾ ਹੈ ਬੋਂਡਾ। ਅੱਛਾ ਜੀ, ਇੱਥੇ ਸਾਊਥ ਇੰਡੀਅਨ ਦੀ ਇਹਨਾਂ ਦੀ ਭਾਸ਼ਾ ਦੇ ਵਿੱਚ ਨਾ ਬੋਂਡਾ ਬੋਲਦੇ ਆ ਕੁਛ, ਮਤਲਬ ਇਹਨਾਂ ਦੀ ਆਪਣੀ ਆਪਣੀ ਭਾਸ਼ਾ ਤੇਲਗੂ 'ਚ ਬੋਲਦੇ ਆ ਜੀ। ਅਸੀਂ ਤਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ ਭੱਲਿਆਂ ਦੀ ਸਬਜ਼ੀ, ਭੱਲਿਆਂ ਦੀ ਚਾਟ, ਹੈ ਨਾ, ਭੱਲਾ, ਦਹੀਂ ਭੱਲਾ, ਇਹ ਚੀਜ਼ਾਂ ਕਹਿ ਦਿੰਦੇ ਆਪਾਂ। ਤਾਂ ਲਓ ਜੀ ਮੈਂ ਘਰ ਗੋਲ ਗੱਪੇ ਇਸੇ ਕਰਕੇ ਰੱਖੇ ਹੋਏ ਨਾ ਜਦੋਂ ਸਾਡਾ ਮੇਰਾ ਜੀ ਕਰਦਾ ਨਾ ਭੱਲਾ ਚਾਟ ਖਾਣੇ ਨੂੰ, ਕਿਉਂਕਿ ਭੱਲੇ ਤਾਂ ਮੇਰੇ ਫੇਵਰੇਟ ਹੈ ਜੀ, ਮੈਂ ਬੜੇ ਸ਼ੌਂਕ ਨਾਲ ਖਾਂਦੀ ਹਾਂ। ਤੁਹਾਨੂੰ ਪਤਾ ਇੱਕ ਕਰੇਲੇ ਹੋ ਗਏ, ਭੱਲੇ ਹੋ ਗਏ, ਇਹ ਚੀਜ਼ਾਂ ਮੈਂ ਬੜੀ ਸ਼ੌਕੀਨ ਹਾਂ। ਬਾਕੀ ਮੈਨੂੰ ਫਾਸਟ ਫੂਡ ਦਾ ਨਹੀਂ ਹੈਗਾ, ਨਾ ਮੈਨੂੰ ਪਸੰਦ ਹੈ ਫਾਸਟ ਫੂਡ, ਨਾ ਮੈਂ ਖਾ ਕੇ ਰਾਜ਼ੀ ਹਾਂ, ਕਿਉਂਕਿ ਉਹਨਾਂ ਦੇ ਵਿੱਚ ਮੈਨੂੰ ਮੈਦਾ ਨਾਲੇ ਪਤਾ ਨਹੀਂ ਕਿੱਦਾਂ ਕਿੱਦਾਂ ਬਣਿਆ ਹੁੰਦਾ ਕੁਛ, ਤਾਂ ਬੜੀ ਨਫ਼ਰਤ ਹੈ। ਅਤੇ ਇਹ ਜਿਹੜੇ ਪਾਣੀ ਵਾਲੇ ਨਾ, ਇਹ ਪਾਣੀ ਲਿਆ ਮੈਂ ਸੋਰੀ, ਅਤੇ ਇਹ ਪਾਣੀ ਦੇ ਵਿੱਚ ਪਾ ਦਾਂਗੇ ਆਪਾਂ ਭੱਲੇ ਬਣਾਏ ਹੋਏ, ਅਤੇ ਆਪਾਂ ਬਣਾਉਣੀ ਹੈ ਜੀ ਭੱਲਾ ਚਾਟ, ਠੀਕ ਹੈ ਜੀ।
ਇਹ ਆਪਾਂ ਖੂਬ ਸਾਰੇ ਇਹਨੂੰ ਥੋੜ੍ਹੀ ਦੇਰ ਲਈ ਨਾ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਵਾਂਗੇ। ਅਤੇ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਕਿੰਨੇ ਸੌਫਟ ਅਤੇ ਕਿੰਨੇ ਨਰਮ ਬਣਦੇ ਹੈ। ਆਹ ਦੇਖੋ ਬਹੁਤ ਵਧੀਆ ਬਣਦੇ ਆ, ਬਿਲਕੁਲ ਸੌਫਟ ਕ੍ਰਿਸਪੀ ਕ੍ਰਿਸਪੀ ਜਿਹੇ ਬਣਦੇ ਆ। ਆਹ ਦੇਖੋ ਜੀ ਇਹ ਆਪਾਂ ਹੁਣ ਥੋੜ੍ਹੀ ਦੇਰ ਲਈ ਭਿਗੋ ਕੇ ਰੱਖ ਦਾਂਗੇ ਇਹਨਾਂ ਨੂੰ। ਅਤੇ ਲਓ ਜੀ ਆਹ ਬਣਾਉਣ ਲੱਗਿਆ ਹੁਣ ਆਪਾਂ ਇਹਨਾਂ ਹੀ ਭੱਲਿਆਂ ਦੇ, ਜਿਹੜੇ ਭੱਲੇ ਕਹਿੰਦੇ ਆ ਨਾ ਆਪਾਂ, ਇਹਨਾਂ ਦੀ ਸਬਜ਼ੀ ਬਣਾ ਕੇ ਦਿਖਾਉਂਗੀ ਤੁਹਾਨੂੰ ਮੈਂ, ਠੀਕ ਹੈ। ਸਬਜ਼ੀ ਬਹੁਤ ਟੇਸਟੀ ਬਣਦੀ ਅਤੇ ਉਹਦੇ ਲਈ ਆਪਾਂ ਗ੍ਰੇਵੀ ਆ ਦੇਖੋ ਤਿਆਰ ਕਰ ਲਈਏ। ਗ੍ਰੇਵੀ ਦੇ ਲਈ ਆਪਾਂ ਕੀ ਮਸਾਲਾ ਪਤਾ ਤਿਆਰ ਕੀਤਾ? ਇਹਦੇ ਵਿੱਚ ਹੀ ਪਾਇਆ ਆਪਾਂ ਪਿਆਜ਼ ਅਤੇ ਕੀ ਕਹਿੰਦੇ ਨੇ ਹਰੀਆਂ ਮਿਰਚਾਂ, ਟਮਾਟਰ, ਲਸਣ ਅਤੇ ਅਦਰਕ, ਅਤੇ ਸਾਰਾ ਕੁਛ ਆਪਾਂ ਵਿੱਚ ਪਾ ਦਿੱਤਾ। ਅਤੇ ਲਓ ਜੀ ਜਦ ਤੱਕ ਸਾਡਾ ਮਸਾਲਾ ਭੁੱਜਦਾ, ਮੈਂ ਕਿਹਾ ਮਸਾਲਾ ਆਪਾਂ ਭੁੱਜਣਾ ਰੱਖਦਾ ਸੀ, ਤਦ ਤੱਕ ਆਪਾਂ ਬਣਾ ਲੈਂਦੇ ਹਾਂ ਦਹੀਂ ਭੱਲੇ, ਠੀਕ ਹੈ ਜੀ। ਅਤੇ ਆਹ ਜਿਹੜੇ ਆਪਾਂ ਭੱਲੇ ਭਿਗੋਏ ਸੀ ਨਾ, ਅਤੇ ਇਹਨਾਂ ਨੂੰ ਆਪਾਂ ਇੱਦਾਂ ਚੰਗੀ ਤਰ੍ਹਾਂ ਨਿਚੋੜ ਲੈਣਾ। ਇੱਕ ਤਾਂ ਮੈਂ ਦਹੀਂ ਭੱਲੇ ਬਣਾਉਂਗੀ, ਨੰਬਰ ਦੋ ਮੈਂ ਬਣਾਉਂਗੀ ਭੱਲਾ ਚਾਟ, ਨੰਬਰ ਤਿੰਨ ਮੈਂ ਇਹਨਾਂ ਭੱਲਿਆਂ ਦੀ ਬਣਾਉਂਗੀ ਸਬਜ਼ੀ। ਅਤੇ ਤਿੰਨ ਤਿੰਨ ਆਈਟਮਾਂ ਬਣਾ ਦਿੰਦੇ ਹਾਂ ਅੱਜ ਮੈਂ, ਦੇਖ ਲਓ। ਮੈਂ ਕਿਹਾ ਚਲੋ ਮੈਂ ਬਣਾਉਣ ਲੱਗੀ ਸੀ, ਮੈਂ ਤੁਹਾਡੇ ਨਾਲ ਵੀ ਲਓ ਜੀ ਸ਼ੇਅਰ ਕਰ ਲਵਾਂ। ਆਹ ਦੇਖੋ ਇੱਦਾਂ ਕਰਕੇ ਆਪਾਂ ਇਹਨਾਂ ਨੂੰ ਨਾ ਪਾਣੀ ਨਚੇੜ ਲੈਣਾ, ਇਹਨਾਂ ਦਾ ਪਾਣੀ ਕੱਢ ਲੈਣਾ ਮਤਲਬ। ਅਤੇ ਲਓ ਜੀ ਆਹ ਦੇਖੋ ਭੱਲੇ ਆਪਾਂ ਚੰਗੀ ਤਰ੍ਹਾਂ ਨਚੋੜ ਕੇ ਹੁਣ ਆਪਾਂ ਇਹਦੇ 'ਤੇ ਆਹ ਬਣਾ ਲੈਣਾ ਆਪਾਂ ਦਹੀਂ, ਠੀਕ ਹੈ ਜੀ। ਅਤੇ ਇਹਦੇ ਵਿੱਚ ਪਾ ਦੇਣਾ ਆਪਾਂ ਹੁਣ ਜਿਹੜੀ ਕਾਲੀ ਮਿਰਚ ਅਤੇ ਪਿਸਿਆ ਹੋਇਆ ਜਿਹੜਾ ਜੀਰਾ ਹੁੰਦਾ ਨਾ ਭੁੰਨ ਕੇ, ਇਹ ਵਾਲਾ, ਠੀਕ ਹੈ। ਅਤੇ ਤੁਸੀਂ ਪਾਣੀ ਨੂੰ ਆਪਣੇ ਟੇਸਟ ਲਈ ਬਹੁਤ ਕੁਛ ਪਾ ਸਕਦੇ ਹੋ, ਕਾਲੀ ਮਿਰਚ ਪਾਓ, ਹਰਾ ਧਨੀਆ ਪਾਓ। ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਹੁਣ ਨਮਕ। ਲਓ ਜੀ ਇੱਧਰ ਬਣ ਗਿਆ ਹੁਣ ਸਾਡਾ ਭੱਲੇ ਵਾਲਾ ਦਹੀਂ ਤਿਆਰ ਕਰ ਲਿਆ, ਉੱਧਰ ਭੁੰਨ ਲਿਆ ਆਪਾਂ ਮਸਾਲਾ। ਆਹ ਦੇਖੋ ਸਾਡਾ ਮਸਾਲਾ ਭੁੱਜ ਕੇ ਤਿਆਰ ਹੋ ਰਿਹਾ, ਅਤੇ ਇਸੇ ਭੱਲਿਆਂ ਦੀ ਆਪਾਂ ਬਣਾਵਾਂਗੇ ਸਬਜ਼ੀ। ਜਦ ਤੱਕ ਮੈਂ ਕਿਹਾ ਮਸਾਲਾ ਭੁੱਜਦਾ, ਮੈਂ ਹੋਰ ਇਹ ਵੀ ਐਟਮਾਂ ਬਣਾ ਕੇ ਤੁਹਾਨੂੰ ਦਿਖਾ ਦੇਵਾਂ, ਠੀਕ ਹੈ ਜੀ। ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਢੱਕ ਕੇ ਰੱਖ ਦਾਂਗੇ। ਅਤੇ ਲਓ ਜੀ ਆ ਦਹੀਂ ਦੇ ਵਿੱਚ ਹੁਣ ਆਪਾਂ ਪਾ ਦਾਂਗੇ, ਜੇਕਰ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਦਿਓ ਇਹਦੇ 'ਚ ਹਰਾ ਧਨੀਆ ਪਾ ਕੇ, ਵੀ ਬਹੁਤ ਟੇਸਟੀ ਬਣ ਜਾਏਗਾ, ਠੀਕ ਹੈ ਜੀ। ਥੋੜ੍ਹੀਆਂ ਜਿਹੀਆਂ ਪਾ ਦਿਓ ਇਹਦੇ ਵਿੱਚ ਹਰੀਆਂ ਮਿਰਚਾਂ, ਕਿ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਲੱਗ ਰਿਹਾ ਨਾ ਦਹੀਂ। ਲਓ ਜੀ ਹੁਣ ਬਣਾ ਲੈਂਦੇ ਹਾਂ ਆਪਾਂ ਜਿਹੜੀ ਭੱਲਾ ਚਾਟ ਕਰਨ ਲੱਗਿਆ ਤਿਆਰ, ਤੁਹਾਡੇ ਲਈ ਅਤੇ ਮੇਰੇ ਲਈ, ਠੀਕ ਹੈ ਜੀ। ਸਾਰੇ ਜਣੇ ਜਿਹੜੇ ਜਿਹੜੇ ਦੇਖ ਰਹੇ ਆ ਨਾ, ਬਣਾ ਕੇ ਜ਼ਰੂਰ ਦੇਖਿਓ। ਬਸ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਂਦੀ ਹੁੰਦੀ ਹਾਂ ਮੈਂ ਤਾਂ, ਦੇਖੋ ਮੈਂ ਤਾਂ ਘਰ ਹੀ ਆਪਣੇ ਟੇਸਟ ਪੂਰੇ ਕਰ ਲੈਂਦੀ, ਕਿਉਂਕਿ ਬਾਹਰ ਦਾ ਤਾਂ ਮੈਨੂੰ ਕੁਛ ਵੀ ਪਸੰਦ ਨਹੀਂ ਆ। ਦੇਖੋ ਜੀ ਇੱਦਾਂ ਆਪਾਂ ਕਰ ਲੈਣੇ ਭੱਲੇ ਰੱਖ ਲਏ, ਠੀਕ ਹੈ। ਇਹਨਾਂ ਦੇ ਉੱਤੇ ਪਾ ਦੇਣਾ ਹੁਣ ਆਪਾਂ ਦਹੀਂ, ਠੀਕ ਹੈ ਜੀ। ਅਤੇ ਠੀਕ ਹੈ ਜੀ ਹੁਣ ਇਹਦੇ ਉੱਤੇ ਪਾ ਦਾਂਗੇ ਆਪਾਂ, ਆਹ ਦੇਖੋ ਜਿਹੜੇ ਆਪਾਂ ਗੋਲ ਗੱਪੇ ਬਣਾਏ ਆ ਨਾ, ਇੱਦਾਂ ਤੋੜ ਤੋੜ ਕੇ। ਪਾਪੜੀ ਤਾਂ ਦੇਖੋ ਇੱਕਦਮ ਨਹੀਂ ਬਣਦੀ ਨਾ, ਵੈਸੇ ਪਾਪੜੀ ਵੀ ਬਣਾਉਣੀ ਕੋਈ ਔਖੀ ਨਹੀਂ ਹੈ। ਹੁਣ ਇਹਦੇ 'ਤੇ ਪਾ ਦਾਂਗੇ ਆਪਾਂ ਪਾਪੜੀ, ਠੀਕ ਹੈ ਜੀ। ਹੁਣ ਇਹਦੇ 'ਤੇ ਪਾ ਦਾਂਗੇ ਆਪਾਂ ਕੱਟੀਆਂ ਹੋਈਆਂ ਬਰੀਕ ਹਰੀਆਂ ਮਿਰਚਾਂ, ਫਿਰ ਪਾ ਦਾਂਗੇ ਆਪਾਂ ਇਹਦੇ ਉੱਤੇ ਧਨੀਆ, ਜਿਹੜਾ ਚੰਕੀ ਚਾਟ ਮਸਾਲਾ ਹੁੰਦਾ ਨਾ ਉਹ ਵੀ ਪਾ ਦਿਆ ਕਰੋ ਉੱਪਰ। ਅਤੇ ਇਹਦੇ 'ਤੇ ਪਾਵਾਂਗੇ ਆਪਾਂ ਭੁੰਨਿਆ ਹੋਇਆ ਜੀਰਾ, ਆਹ ਦੇਖ ਇਹ ਵੀ ਪਾ ਦਾਂਗੇ। ਅਤੇ ਇਹ ਪੀਸੀ ਸੀਗੀ ਮੈਂ ਚਟਨੀ ਜੀ, ਇਹ ਚਟਨੀ ਪਾ ਦਾਂਗੇ ਆਪਣੇ ਟੇਸਟ ਅਨੁਸਾਰ। ਅਤੇ ਇਹਦੇ ਉੱਤੇ ਪਾ ਦਾਂਗੇ ਹੁਣ ਆਪਾਂ ਜਿਹੜੀ ਲਾਲ ਚਟਨੀ ਹੁੰਦੀ ਹੈ ਨਾ ਹਲਵਾਈਆਂ ਵਾਲੀ, ਇਹ ਮੈਂ ਸਪੈਸ਼ਲ ਲੈ ਕੇ ਰੱਖ ਲੈਂਦੀ ਹੁੰਦੀ ਹਾਂ, ਪੈਕਿੰਗ ਹੁੰਦੀ ਹੈ ਨਾ ਜੀ। ਹੁਣ ਇਹਨੂੰ ਆਪਾਂ ਜਿੱਦਾਂ ਮਰਜ਼ੀ ਸਰਵ ਕਰ ਸਕਦੇ ਹਾਂ। ਆ ਜਾਓ ਤੁਸੀਂ ਵੀ ਖਾ ਲਓ, ਤੁਹਾਨੂੰ ਵੀ ਖਵਾਉਂਦੀ ਹਾਂ, ਆ ਜਾਓ ਆ ਲਓ।
ਤੁਸੀਂ ਵੀ ਖਾਓ, ਬਹੁਤ ਟੇਸਟੀ ਬਣਦਾ। ਹੁਣ ਇਹ ਖਾਵਾਂਗੇ ਆਪਾਂ, ਔਰ ਮੈਂ ਗੋਲ ਗੱਪੇ ਖੂਬ ਸਾਰੇ ਪਾਊਂਗੀ, ਸਾਰਿਆਂ ਨੂੰ ਦਊਂਗੀ, ਸਰਵ ਵੀ ਕਰੂੰਗੀ। ਠੀਕ ਹੈ ਜੀ, ਅਤੇ ਇਹਨੂੰ ਆਪਾਂ ਹੁਣ ਕੱਢ ਲਾਂਗੇ ਆਪਣੇ ਡੋਂਗੇ ਵਿੱਚ। ਇਸੇ ਤਰ੍ਹਾਂ ਮੈਂ ਹੁਣ ਸਾਰੀ ਚਾਟ ਬਣਾ ਲੂੰਗੀ। ਇਹ ਦੇਖੋ ਜੀ, ਮੈਂ ਇਹਦੇ ਵਿੱਚ ਪਾ ਲੂੰਗੀ। ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਬਣਾ ਕੇ ਦਿਖਾਈਏ ਕਿ ਮੈਂ ਇੱਦਾਂ ਖਾਂਦੀ ਹੁੰਦੀ ਹਾਂ, ਇੱਦਾਂ ਬਣਾਉਂਦੀ ਹਾਂ। ਅਤੇ ਹੁਣ ਆਪਾਂ ਸਾਰਿਆਂ ਲਈ ਬਣਾਵਾਂਗੇ, ਸਾਰੇ ਖਾਣਗੇ। ਇਹਦੇ ਵਿੱਚ ਕਰ ਦਾਂਗੀ ਹੁਣ ਮੈਂ ਮਿਕਸ, ਔਰ ਇਹਦੇ ਵਿੱਚ ਪਾ ਦਾਂਗੇ ਆਪਾਂ ਖੂਬ ਸਾਰਾ ਦਹੀਂ। ਠੀਕ ਹੈ ਜੀ, ਹੁਣ ਇਹਦੇ ਵਿੱਚ ਹੀ ਪਾ ਦਾਂਗੇ ਆਪਣਾ ਸਾਰਾ, ਸਾਰਿਆਂ ਨੂੰ ਰਲ ਮਿਲ ਕੇ ਅਸੀਂ ਖਾਵਾਂਗੇ ਜੀ। ਯਾਦ ਰੱਖੋ ਜੀ, ਇੱਦਾਂ ਹੀ ਧਨੀਆ ਵਗੈਰਾ ਸਾਰਾ ਕੁਛ ਮੈਂ ਹੋਰ ਪਾਊਂਗੀ, ਕਿਉਂਕਿ ਬਹੁਤ ਘੱਟ ਪਾਇਆ ਸੀਗਾ ਮੈਂ। ਤੁਹਾਨੂੰ ਸਿਰਫ ਇੱਕ ਪਲੇਟ ਸਜਾ ਕੇ ਦਿਖਾਈਏ ਕਿ ਮੈਂ ਇੱਦਾਂ ਬਣਾਉਂਦੀ ਹੁੰਦੀ ਹਾਂ। ਇੱਦਾਂ ਪਾ ਲਾਂਗੇ ਆਪਾਂ ਇਹਦੇ ਉੱਤੇ ਨਮਕ, ਆਪਣੇ ਟੇਸਟ ਅਨੁਸਾਰ ਕਾਲਾ ਨਮਕ ਪਾ ਲਓ, ਜ਼ਿਆਦਾ ਸਵਾਦ ਲੱਗਦਾ। ਅਤੇ ਆਹ ਦੇਖੋ ਜੀ, ਇਹ ਮੈਂ ਭੱਲਾ ਚਾਟ ਕਰ ਲਈ ਤਿਆਰ। ਬਸ ਖੂਬ ਸਾਰੇ ਪਾ ਲਾਂਗੇ ਇਹਦੇ ਵਿੱਚ ਆਪਾਂ ਗੋਲ ਗੱਪੇ, ਤੋੜ ਤੋੜ ਕੇ ਪਾ ਲੂੰਗੀ। ਇਹਦੇ ਨਾਲ ਤੁਹਾਨੂੰ ਪਤਾ ਨਾ, ਕ੍ਰਿਸਪੀ ਕ੍ਰਿਸਪੀ ਜਿਹੀ ਬਹੁਤ ਟੇਸਟੀ ਲੱਗਦੀ ਹੈ। ਆ ਜਾਓ ਜਿੰਨੇ ਜਿੰਨੇ ਖਾਣੀ ਹੈ ਤੁਹਾਨੂੰ ਚਾਟ ਖਵਾਉਂਦੇ ਹਾਂ। ਹੁਣ ਬਣਾਉਂਦੇ ਆਪਾਂ ਆਪਣੀ ਸਬਜ਼ੀ। ਉਹ ਦੇਖੋ ਜੀ, ਮੇਰਾ ਮਸਾਲਾ ਹੋ ਗਿਆ ਤਿਆਰ। ਆਹ ਦੇਖੋ, ਮਸਾਲਾ ਸਾਡਾ ਭੁੱਜ ਕੇ ਹੁਣ ਤਿਆਰ ਹੋ ਗਿਆ ਨਾ। ਹੁਣ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਆਪਣਾ ਸਾਰਾ ਜੋ ਮਸਾਲਾ। ਕਿਵੇਂ ਬਣਾਉਂਦੀ ਹੁੰਦੀ ਹਾਂ ਮੈਂ, ਇਹੀ ਜਿੱਦਣ ਮੈਂ ਭੱਲੇ ਬਣਾਉਂਦੀ ਹਾਂ ਨਾ, ਮੈਂ ਇੱਦਾਂ ਦੋ ਤਿੰਨ ਚੀਜ਼ਾਂ ਇਕੱਠੀਆਂ ਬਣਾ ਲੈਂਦੀ ਹੁੰਦੀ ਹਾਂ। ਅਤੇ ਆ ਲਓ ਜੀ, ਇੱਧਰ ਬਣਾਉਣ ਲੱਗਿਆ ਭੱਲਾ ਚਾਟ ਤਿਆਰ, ਤਾਂ ਫਿਰ ਕਰਦੇ ਹਾਂ ਸਾਰਾ। ਪਹਿਲਾਂ ਮੈਂ ਕਿਹਾ ਚਲੋ ਸਬਜ਼ੀ ਬਣਾ ਦਿੰਦੀ ਹਾਂ, ਸਬਜ਼ੀ ਬਣ ਜਾਵੇ ਫਿਰ ਟੈਨਸ਼ਨ ਨਹੀਂ ਰਹਿੰਦੀ। ਮਸਾਲਾ ਹੋ ਗਿਆ ਤਿਆਰ, ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣੇ ਟੇਸਟ ਅਨੁਸਾਰ ਨਮਕ, ਹਰੀਆਂ ਮਿਰਚਾਂ ਮੈਂ ਪਾਈਆਂ ਹੋਈਆਂ, ਹਲਦੀ ਪਾ ਦੂੰਗੀ। ਠੀਕ ਹੈ ਜੀ, ਪਿਸਿਆ ਹੋਇਆ ਧਨੀਆ ਅਤੇ ਗਰਮ ਮਸਾਲਾ ਪਾ ਦੂੰਗੀ, ਥੋੜ੍ਹਾ ਜਿਹਾ ਪਾ ਦੂੰਗੀ ਕਿਚਨ ਕਿੰਗ ਮਸਾਲਾ, ਅਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਦੇਗੀ ਮਿਰਚ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ। ਠੀਕ ਹੈ ਜੀ, ਜਿਵੇਂ ਮਸਾਲਾ ਆਪਾਂ ਗ੍ਰੇਵੀ ਬਣਾਉਂਦੇ ਹਾਂ ਨਾ, ਉਵੇਂ ਬਣਾਉਣਾ। ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ। ਅਤੇ ਲਓ ਜੀ, ਇੱਧਰ ਭੁੰਨ ਲਿਆ ਸਾਡਾ ਮਸਾਲਾ, ਅਤੇ ਆਹ ਵੇਖ ਲਓ ਵੇਚਣ ਆਏ ਨੇ ਗੱਦੇ। ਅਰੇ ਪਤਾ, ਕਦੀ ਵੀ ਤੁਸੀਂ ਪਿੰਡਾਂ 'ਚ ਜੇ ਗੱਦੇ ਆਉਂਦੇ ਨਾ, ਗੱਦੇ ਨਾ ਲਿਆ ਕਰੋ। ਇੱਕ ਵਾਰ ਸਾਡੇ ਛੋਟੇ ਵੀਰ ਜੀ ਨੇ ਗੱਦੇ ਲੈ ਲਏ ਸੀ, ਅਤੇ ਕੁਛ ਵੀ ਨਹੀਂ ਨਿਕਲਿਆ, ਉਹਦੇ 'ਚ ਸਿਰਫ ਫੋਮ ਭਰੀ ਹੋਈ ਸੀ ਬੇਕਾਰ, ਜਿਵੇਂ ਫਾਈਬਰ ਉਹ ਹੁੰਦੀ ਹੈ ਨਾ, ਮਤਲਬ ਉਹ ਜਿਹੜੀ ਕਹਿ ਦਿੰਦੇ ਨੇ ਜਿਹਦੇ 'ਚ ਪੈਕਿੰਗ ਹੋ ਕੇ ਆਉਂਦੇ ਆ, ਇੰਨੇ ਬੇਕਾਰ ਨਿਕਲੇ ਗੱਦੇ ਦੇ। ਇਹਨਾਂ ਕੋਲੋਂ ਨਾ ਲਿਆ ਕਰੋ, ਕਿਉਂਕਿ ਗਲੀਆਂ ਦੇ ਵਿੱਚ ਲੁੱਟ ਦੇ। ਲਓ ਜੀ, ਆ ਦੇਖੋ ਮਸਾਲਾ ਸਾਡਾ ਬਿਲਕੁਲ ਭੁੱਜ ਗਿਆ ਨਾ, ਹੁਣ ਘਿਓ ਛੱਡ ਗਿਆ, ਅਤੇ ਹੁਣ ਆਪਾਂ ਇਹਦੇ ਵਿੱਚ ਪਤਾ ਕੀ ਪਾਉਣਾ, ਪਾਣੀ ਪਾ ਦੇਣਾ। ਆ ਦੇਖੋ, ਪਾਣੀ ਪਾਉਣਾ ਤੁਸੀਂ ਭੱਲਿਆਂ ਦੇ ਹਿਸਾਬ ਨਾਲ, ਠੀਕ ਹੈ, ਕਿਉਂਕਿ ਭੱਲੇ ਆ ਨਾ ਜਿਹੜੇ ਸਾਰਾ ਪਾਣੀ ਸੋਖਤ ਕਰ ਲੈਂਦੇ ਆ। ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਅੱਛੀ ਤਰ੍ਹਾਂ ਰਝਾਉਣਾ ਪਾਣੀ ਨੂੰ, ਇਹਨੂੰ ਅੱਛੀ ਤਰ੍ਹਾਂ ਰਝਾ ਕੇ ਫਿਰ ਮੈਂ ਦੱਸਦੀ ਹਾਂ। ਇਹਨੂੰ ਢੱਕ ਦਿੰਦੇ ਹਾਂ ਆਪਾਂ, ਪਾਣੀ ਰਿੱਝ ਜੇ ਸਾਡਾ। ਅਤੇ ਲਓ ਜੀ, ਇੱਧਰ ਰੇਜਾ ਪੈ ਗਿਆ ਹੁਣ ਸਾਡਾ, ਠੀਕ ਹੈ। ਹੁਣ ਆਪਾਂ ਇਹਨੂੰ ਬਸ ਜ਼ਿਆਦਾ ਰੇਜਾ ਨਹੀਂ ਪਾਉਣਾ, ਹੁਣ ਆਪਾਂ ਜਿਹੜੇ ਭੱਲੇ ਬਣਾਏ ਹੋਏ ਨੇ ਨਾ, ਹੁਣ ਆਪਾਂ ਨੂੰ ਇਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਪਾ ਦੇਣਾ। ਬਸ ਸਿਰਫ ਇੱਕ ਅੱਧਾ ਵਾਲ ਦਵਾਉਣਾ, ਵੈਸੇ ਤਾਂ ਜ਼ਰੂਰਤ ਨਹੀਂ ਹੈਗੀ। ਹੁਣ ਇਸ ਤਰ੍ਹਾਂ ਕਰਕੇ ਆਪਾਂ, ਠੀਕ ਹੈ, ਇੱਦਾਂ ਹੀ ਬਣਾ ਲੈਣਾ, ਅਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਕੱਟਿਆ ਹੋਇਆ ਧਨੀਆ ਨਾ, ਆਪਾਂ ਇੱਦਾਂ ਹੀ ਪਾ ਦੇਣਾ। ਅਤੇ ਇਸ ਤਰ੍ਹਾਂ ਕਰਕੇ ਮੈਂ ਬਣਾਉਂਦੀ ਹੁੰਦੀ ਹਾਂ। ਅਗਲੀ ਸਬਜ਼ੀ ਤੁਸੀਂ ਬਣਾਇਓ ਅਤੇ ਮੈਨੂੰ ਜ਼ਰੂਰ ਦੱਸਿਓ, ਅਤੇ ਬਣਾ ਕੇ ਜ਼ਰੂਰ ਦੇਖਿਓ। ਅਤੇ ਬਾਕੀ ਸਾਰਿਆਂ ਦਾ ਥੈਂਕ ਯੂ। ਸਹਿਦ ਸਿਸਟਰ, ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਡੀ ਤਬੀਅਤ ਕਿੱਦਾਂ ਦੀ ਹੈ, ਅਤੇ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਅਤੇ ਸਾਰੀਆਂ ਭੈਣਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਹਿਜਪ੍ਰੀਤ ਦਾ ਕਮੈਂਟ ਆਇਆ, ਬਹੁਤ ਅੱਛਾ ਲੱਗਿਆ, ਥੈਂਕ ਯੂ ਸਹਿਜਪ੍ਰੀਤ। ਜਿਹੜੀਆਂ ਜਿਹੜੀਆਂ ਭੈਣਾਂ ਦੇਖਦੀਆਂ, ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ ਕਿ ਮੇਰਾ ਕਮੈਂਟ ਜ਼ਰੂਰ ਕਰਿਆ ਕਰੋ, ਮੈਨੂੰ ਬਹੁਤ ਅੱਛਾ ਲੱਗਦਾ। ਅਤੇ ਕੱਲ੍ਹ ਮਿਲਾਂਗੀ ਤੁਹਾਨੂੰ ਨਵੇਂ ਵਲੌਗ ਵਿੱਚ। ਆ ਦੇਖੋ ਜੀ, ਹੁਣ ਆਪਣੀ ਸਬਜ਼ੀ ਇੱਦਾਂ ਬਣ ਕੇ ਮੈਂ ਬੰਦ ਕਰਤਾ ਨਾ, ਇੱਦਾਂ ਬਣ ਕੇ ਹੋ ਜੂਗੀ ਤਿਆਰ। ਇਹ ਬਹੁਤ ਟੇਸਟੀ ਸਬਜ਼ੀ ਬਣਦੀ ਹੈ, ਅਤੇ ਦੇਖਿਓ ਤੁਸੀਂ ਇੱਕਦਮ ਗਾੜੀ ਵੀ ਹੋ ਜੂਗੀ, ਠੀਕ ਹੈ। ਇਹ ਵਾਲੀ ਸਬਜ਼ੀ ਸਾਡੇ ਘਰ ਦੇ ਬਹੁਤ ਪਸੰਦ ਕਰਦੇ ਆ, ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੀ ਹਾਂ। ਬਾਏ।
ਅਤੇ ਲਓ ਜੀ ਆ ਲੱਗ ਗਈ ਸਾਡੀ ਪੰਜਾਬੀ ਥਾਲੀ। ਆ ਜਾਓ ਜਿਹਨੂੰ ਜਿਹਨੂੰ ਭੁੱਖ ਲੱਗੀ ਔਰ ਕਿਹਨੂੰ ਕੀ ਚੰਗਾ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਠੀਕ ਹੈ ਜੀ। ਰੋਟੀਆਂ ਰੱਖ ਲਈਆਂ ਆਪਾਂ, ਸਲਾਦ, ਦਹੀਂ ਅਤੇ ਸਬਜ਼ੀ। ਅਤੇ ਆਓ ਜੀ, ਮੇਰੇ ਤਾਂ ਮੂੰਹ 'ਚ ਪਾਣੀ ਦੇਖੋ ਆ ਰਿਹਾ, ਮੈਨੂੰ ਤਾਂ ਲੱਗ ਗਿਆ ਜੀ ਭੁੱਖ।